ਐਲਿਆਨਾ ਯੂਨੀਅਨ ਕੌਂਸਲ ਕੋਟਲਾ ਫਕੀਰ ਜਿਹੜਾ ਗ੍ਰੈਂਡ ਪ੍ਰੋਗਰਾਮ ਅੱਜ ਹੋਇਆ, ਭਾਈ ਇਮਰਾਨ ਅਜ਼ੀਜ਼ ਸਾਹਿਬ ਕਿੱਧਰ ਗਏ, ਭਾਜਨ ਕਿੱਧਰ, ਇਹਨਾਂ ਨੇ ਅੱਜ ਭਾਈ ਚੌਧਰੀ ਇਮਤਿਆਜ਼ ਸਾਹਿਬ ਨਾਰਵੇ ਤੋਂ ਆਏ ਨੇ, ਉਹਨਾਂ ਦੇ ਇਜਾਜ਼ ਵਿੱਚ ਖਸੂਸੀ ਤੌਰ ਤੇ ਔਰ ਮਹਿਮਾਨੇ ਖਸੂਸੀ ਭਾਜਨ ਪਛਾਰ ਦਾ ਕਾਲ ਲੋਣਾ ਤੁਸੀਂ ਆਓ ਮੇਰੇ ਖਿਆਲ ਵਿਚ ਯੂਕੇ ਦੀ ਤਾਰੀਖ ਦਾ ਪ੍ਰਾਈਵੇਟ ਜਿਹੜੀ ਗੈਦਰਿੰਗ ਹੈ, ਇਹ ਮੇਰੇ ਖਿਆਲ ਹੈ ਜਿਹੜੀ ਪ੍ਰਾਈਵੇਟ ਗੈਦਰਿੰਗ, ਸਿਆਸੀ ਨੀ, ਮੁਹੱਬਤ ਦੀ ਪਹਿਲੀ ਗੈਦਰਿੰਗ ਹੋਈ ਹੈ ਜਨਾਬ, ਅਸੀਂ ਤੁਹਾਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ ਭਾਈ ਇਮਰਾਨ ਸਾਹਿਬ, ਤੁਹਾਨੂੰ ਤੁਹਾਨੂੰ ਵੈਲਕਮ ਕਰਨੇ ਆ ਭਾਜਨ, ਠੀਕ ਹੈ, ਔਰ ਇਸ ਮੌਕੇ ਤੇ ਭਾਈ ਅਲੀਮ ਰਸੂਲ ਸਾਹਿਬ ਕਿੱਧਰ ਗਏ ਭਾਜਨ, ਭਾਈ ਅਲੀਮ ਰਸੂਲ ਸਾਹਿਬ ਤੁਸੀਂ ਕੇ ਜਨਾਬ, ਪਹਿਲਾਂ ਤਾਂ ਮੈਂ ਭਾਈ ਇਮਰਾਨ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ, ਜਿੰਨਾ ਇਹ ਤਾਂ ਠੀਕ ਹੈ ਕਿ ਭਾਈ ਇਮਤਿਆਜ਼ ਜਾਂ ਚੋਈ ਜ਼ਫਰ ਸਾਹਿਬ ਦੇ ਵਾਸਤੇ ਇਹ ਸਾਰਾ ਕੱਟ ਕਰਨੇ ਦੇ, ਲੇਕਿਨ ਜਿਤਨੇ ਵੀ ਆਏ ਨੇ ਸਾਰੇ ਮਹਿਮਾਨੇ ਖਸੂਸੀ, ਤਾਂ ਇਹਨਾਂ ਸਾਰਿਆਂ ਨੂੰ ਅੱਜ ਇਕੱਠਾ ਕਰਕੇ ਭਾਈ ਇਮਰਾਨ ਨੇ ਇੱਜ਼ਤ ਇਤਰਾਮ ਦਿੱਤਾ, ਤਾਂ ਅਸੀਂ ਸਭ ਦਾ, ਸਭ ਦੀ ਤਰਫੋਂ, ਮੈਂ ਆਪਣੀ ਤਰਫੋਂ ਵੀ ਆਪਣੇ ਸਾਰੇ ਦੋਸਤਾਂ ਦੀ ਤਰਫੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ, ਅਤੇ ਬੜੀ ਅੱਛੀ ਰਵਾਇਤ ਹੈ ਜਿਹੜੇ ਸਾਰੇ ਮਿਲ ਕੇ ਜਿਹੜਾ ਨੇ ਇੱਥੇ ਇਕੱਠੇ ਹੋ ਕੇ ਅਤੇ ਗੈਟ ਟੂਗੈਦਰ ਕਰ ਰਹੇ ਨੇ। ਥੈਂਕ ਯੂ ਭਾਈ ਮਨੀਰ ਸਾਹਿਬ, ਅਸਾਂ ਖਾਸ ਤੌਰ 'ਤੇ ਤੁਹਾਨੂੰ ਇੱਥੇ ਬਹੁਤ ਮਿਸ ਕੀਤਾ ਹੈ, ਬਹੁਤ ਅੱਛਾ ਗੈਟ ਟੂਗੈਦਰ ਹੋਇਆ, ਸਭ ਦੋਸਤਾਂ ਨਾਲ ਬੜੇ ਅਰਸੇ ਬਾਅਦ ਮੁਲਾਕਾਤ ਹੋਈ ਹੈ, ਭਾਈ ਰਿਜ਼ਵਾਨ ਦਾ, ਭਾਈ ਇਮਰਾਨ ਦਾ ਬਹੁਤ ਸ਼ੁਕਰੀਆ ਜਨਾਬ, ਇਹੋ ਜਿਹੇ ਮੇਲੇ ਲੱਗਣੇ ਲੈਣੇ ਚਾਹੀਦੇ ਨੇ, ਪਰ ਮਲਕ ਸਾਹਿਬ ਜਨਾਬ ਇਸ ਮਹਿਫਲ ਦੀ ਕਬੱਡੀ ਨੇ ਹਵਾਲੇ ਨਾਲ ਤੁਸੀਂ ਜੇ ਸ਼ੁਰੂ ਕਰ ਲਿਆ, ਉਹ ਇੱਥੇ ਕੈਂਸਲ ਹੋਈ ਹੈ, ਪਾਕਿਸਤਾਨ ਵਿੱਚ ਕੋਈ ਕੈਂਸਲ ਨਹੀਂ ਹੋਈ, 6 ਤਾਰੀਖ ਵੀ ਮੈਚ ਹੋ ਰਿਹਾ ਤੇ ਸਤੰਬਰ 'ਚ ਇਨਸ਼ਾਅੱਲਾ ਤੁਸੀਂ ਕਿਆਦਤ ਵਿੱਚ ਹੋ ਸੀ, ਔਰ ਮੈਨੂੰ ਉਮੀਦ ਹੈ ਤੁਸੀਂ 6 ਸਤੰਬਰ ਪਾਕਿਸਤਾਨ ਹੋ, ਇਨਸ਼ਾਅੱਲਾ ਦੁਆ ਕਰ, ਦੁਆ ਕਰ, ਦੁਆ ਕਰ, ਅੱਜ ਨਹੀਂ ਜਿਹੜੀ ਹੈ ਗੈਦਰਿੰਗ ਹੋਈ ਹੈ ਸਰਕਾਰ ਇਮਰਾਨ ਸਾਹਿਬ, ਭਾਈ ਇਮਰਾਨ ਸਾਹਿਬ, ਰਿਜ਼ਵਾਨ ਸਾਹਿਬ, ਮੁਬਾਰਕਬਾਦ ਦੇ ਮੁਸਤਹਿਕਨ, ਇਹਨਾਂ ਦਾ ਬੇਟਾ ਕੈਮਰਾਮੈਨ ਤੂੰ ਬੜਾ ਬੜੀ ਖੁਸ਼ੀ ਹੋਈ, ਸਾਰੇ ਭਰਾ ਆਏ, ਉਹਨਾਂ ਨਾਲ ਮੁਲਾਕਾਤ ਹੋਈ ਹੈ, ਬੜੇ ਅਰਸੇ ਬਾਅਦ ਹੋਈ ਹੈ, ਖੁਸ਼ ਹੁਸੈਨ ਭਾਈ ਇਮਰਾਨ ਨੇ ਬਹੁਤ ਬਹੁਤ ਸ਼ੁਕਰੀਆ, ਤੇ ਰਿਜ਼ਵਾਨ ਨਾ ਤੇ ਜਨਾਬ ਸਾਡੇ ਦੁਲਾ ਇਸ ਮਹਿਫਲ ਦੀ ਜਾਨ, ਮਤਲਬ ਹੈ ਜਿਹੜੇ ਮੁਹੱਬਤਾਂ ਸਾਡਿਆਂ ਵੀ ਸਭ ਵਿੱਚ ਬਥੇਰੇ ਨੇ, ਸਾਡੇ ਅੰਕਲ ਮਹਿਮੂਦ ਸਾਹਿਬ, ਅੰਕਲ ਜੀ ਤੁਸੀਂ ਇਸ ਮੌਕੇ ਦਾ ਮਾਸ਼ਾਅੱਲਾ ਜਾਰੀ, ਮਾਸ਼ਾਅੱਲਾ ਜੀ ਬੜੀ ਅੱਛੀ ਗੈਦਰਿੰਗ ਹੋਈ ਹੈ, ਸਾਰੇ ਭਰਾ ਆਏ ਨੇ, ਅੱਜ ਤਾਂ ਪੂਰਾ ਯੂਨੀਅਨ ਕੌਂਸਲ ਸੀ, ਬੱਗਾ ਵੀ ਸੀ, ਈਦਗਾਹ ਵੀ ਸੀ,
ਹੱਥ ਲੱਗਦਾ ਨਾ ਹੀ ਕਰਮਾਂ ਦਾ ਇਹ ਵੇਲਾ ਰੱਬ ਜਾਣੇ ਫਿਰ ਨਾਲ ਸਬਬ ਦੇ ਕਦ ਆਵੇਗਾ ਮੇਲਾ। ਮੈਂ ਸਭ ਤੋਂ ਪਹਿਲਾਂ ਜਨਾਬ ਆਪਣੇ ਭਾਈ ਰਿਜ਼ਵਾਨ ਔਰ ਜਦੋਂ ਇਮਰਾਨ ਸਾਹਿਬ ਨੂੰ ਸ਼ੁਕਰੀਆ ਅਦਾ ਕਰਨਾ। ਸੱਚੀ ਗੱਲ ਹੈ ਕਿ ਮੀਂਹ ਜਦੋਂ ਅਫਜ਼ਾਲ ਫੋਨ ਕੀਤਾ ਤਾਂ ਮੈਂ ਸਮਝਦਾ ਸਾਂ 5-10 ਬੰਦੇ ਉਸ ਦਿਨ ਗੱਪ ਸ਼ੱਪ ਹੀ ਹੋ ਸੀ, ਲੇਕਿਨ ਤੁਸੀਂ ਬਹੁਤ ਬੜਾ ਅੱਜ ਮੇਲਾ ਲੁੱਟ ਲਿਆ ਇਤਨੀ ਬੜੀ ਤਾਦਾਦ ਮਲਕ ਗਿਆ ਨਾ ਕਿ ਮੈਂ ਨਹੀਂ ਤੱਕੀ ਲੋਕ। ਵੈਸੇ ਤਾਂ ਅਸੀਂ ਜਲਸੇ ਤਾਂ ਬੜੇ ਬੜੇ ਤੱਕੇ ਨਾ, ਲੇਕਿਨ ਲੋਕਲ ਔਰ ਮੇਰਾ ਖਿਆਲ ਤੁਸੀਂ ਪੂਰਾ ਯੂਨੀਅਨ ਜਨਾਬ ਤੁਹਾਨੂੰ ਤਹਿਸੀਲ ਭੇਜ ਕਰਨਾ, ਕਿਉਂਕਿ ਮੇਰਾ ਤਾਂ ਅਫਜ਼ਾਲ ਮੇਰਾ ਭਤਰੀਆ ਭਾਈ ਮੇਰਾ ਅੱਲਾ ਤੁਸੀਂ ਸਿਹਤ ਤੰਦਰੁਸਤੀ ਦੇ ਔਰ ਇਸ ਤਰ੍ਹਾਂ ਨਵਾਜ਼ਿਆ ਇਹਨਾਂ ਮਾਸ਼ਾਅੱਲਾ ਸਜਾਏ ਦੱਸਣ ਅਤੇ ਮੈਂ ਜਨਾਬ ਸਾਰਿਆਂ ਦੋਸਤਾਂ ਨੂੰ ਸ਼ੁਕਰੀਆ ਅਦਾ ਕਰਨਾ ਔਰ ਮਲਕ ਸਾਹਿਬ ਨੂੰ ਖਾਸ ਮਲਕ ਸਾਹਿਬ ਸਵੈਰ ਸੱਚੀ ਗੱਲ ਰੋਣੇ ਨਾ ਜੰਗਲ ਮੈਂ ਮੋਰ ਨਾਚਾ ਕਿਸ ਨੇ ਦੇਖਾ। ਇਹ ਜਨਾਬ ਇਹ ਹੈ ਕਿ ਮਹਿਫਲ ਇੱਕ ਵਾਰੀ ਬਹੁਤ ਚਾਰ ਚੰਦ ਲਾਈ ਦੁਬਾਰਾ ਜਨਾਬ ਤੁਹਾਡਾ ਸ਼ੁਕਰੀਆ। ਮੇਰੇ ਇਹ ਮੇਰੇ ਭਤੀਜੇ ਵੀ ਦੇ ਦੋਸਤ ਵੀ ਭਰਾ ਵੀ ਬਹੁਤ ਪਿਆਰੇ ਨੇਤਾਵੇਦਾਰ ਜੀ ਸਾਹਿਬ ਪਿਆਰ ਸਾਹਿਬ ਨਾਲ ਮੁਤਾਰਫ ਹੋਇਆ ਇਸ ਮੌਕੇ ਤੇ ਜਨਾਬ ਹੁਣ ਚੇਅਰਮੈਨ ਸਾਹਿਬ ਨੂੰ ਟਾਈਮ ਬੜਾ ਸ਼ਾਰਟ ਹੈ ਔਰ ਹਰ ਬੰਦਾ ਬੋਲਣਾ ਚਾਹ ਰਿਹਾ। ਚੇਅਰਮੈਨ ਸਾਹਿਬ ਤੁਸੀਂ ਕੀ ਕਹੋਗੇ? ਮਾਸ਼ਾਅੱਲਾ ਨੇ ਅੱਗੇ ਬਿਆਨ ਕੀਤਾ ਭਾਈਜਾਨ ਕਿ ਅੱਜ ਰੌਣਕ ਜਿਹੜੀ ਹੈ ਮਾਸ਼ਾਅੱਲਾ ਬਹੁਤ ਅੱਛੀ ਹੈ। ਭਾਈ ਇਮਰਾਨ ਨੇ ਜਿਹੜੀ ਇਹ ਇਕੱਠ ਕੀਤਾ ਬਹੁਤ ਅੱਛਾ ਹੋਇਆ। ਇਸੇ ਬਹਾਨਾ ਇਹ ਹੈ ਕਿ ਮੈਨੂੰ ਸਾਰੀ ਯੂਨੀਅਨ ਕੌਂਸਲ ਇਹ ਹੈ ਕਿ ਸਾਰੇ ਦੋਸਤ ਭਰਾ ਜਿਹੜੇ ਨੇ ਮੈਨੂੰ ਇਹ ਮਿਲਣ ਬਹੁਤ ਸ਼ੁਕਰੀਆ ਭਾਈ ਇਮਰਾਨ ਦਾ। ਕੱਲ੍ਹ ਮਾਸ਼ਾਅੱਲਾ ਭਾਈ ਮਾਜੀ ਨੇ ਵੀ ਸਾਰੇ ਉਹਨਾਂ ਨੂੰ ਮਿਲ ਜਾਣਾ ਮੈਨੂੰ ਇਸ ਮੌਕੇ ਤੇ ਜਨਾਬ ਖੁਸ਼ੀ ਤੌਰ ਤੇ ਰਾਜਾ ਬੰਦ ਕਰਿਆ।